ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਜੀ ਅਮਨਦੀਪ ਕੌਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਨੀ ਕੁਮਨ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਆਸਟ੍ਰੇਲੀਆ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ? ਉਹਨਾਂ ਜ਼ਰੂਰੀ ਗੱਲਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀਜ਼ੇ ਬਾਰੇ। ਜਦੋਂ ਆਪਣੇ ਆਸਟ੍ਰੇਲੀਆ ਵਿੱਚ ਵੀਜ਼ਾ ਲੱਗ ਜਾਂਦਾ ਤਾਂ ਆਪਾਂ ਸਭ ਤੋਂ ਪਹਿਲਾਂ ਆਪਣੇ ਵੀਜ਼ੇ ਨੂੰ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਆਪਾਂ ਜਾ ਕੇ ਚੈੱਕ ਕਰ ਸਕਦੇ ਹਾਂ ਕਿ ਵੀਜ਼ਾ ਆਪਣਾ ਸਹੀ ਹੈ ਕਿ ਨਹੀਂ। ਉਹਦੇ ਵਿੱਚ ਆਪਾਂ ਆਪਣਾ ਗ੍ਰਾਂਟ ਨੰਬਰ, ਆਪਣਾ ਪਾਸਪੋਰਟ ਨੰਬਰ ਆਪਾਂ ਪਾ ਕੇ ਚੈੱਕ ਕਰ ਸਕਦੇ ਹਾਂ। ਉਹਦੇ ਵਿੱਚ ਆਪਾਂ ਨੂੰ ਸਾਰਾ ਪਤਾ ਚੱਲ ਜਾਊਗਾ ਕਿ ਤੁਹਾਡੇ ਵਰਕ ਲਿਮਿਟੇਸ਼ਨਸ ਕੀ ਆ, ਤੁਹਾਡੇ ਵੀਜ਼ੇ ਦੀ ਕੀ ਰਿਸਟ੍ਰਿਕਸ਼ਨਸ ਆ, ਐਵਰੀਥਿੰਗ ਉੱਥੇ ਮੈਂਸ਼ਨ ਹੁੰਦਾ ਅਤੇ ਉਹ ਫਰੀ ਆਫ ਕੋਸਟ ਆ, ਉਹਦਾ ਕੋਈ ਚਾਰਜਿਸ ਨਹੀਂ ਹੁੰਦੇ। ਠੀਕ ਹੈ ਜੀ। ਸਭ ਅਤੇ ਕਈ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਬਹੁਤ ਜ਼ਿਆਦਾ ਸਕੈਮਸ ਹੋ ਰਹੇ ਆ ਕਿ ਹਾਂ ਫੇਕ ਵੀਜ਼ਾਸ ਐਂਡ ਸਟੱਫ, ਇਟਸ ਬੈਟਰ ਯੂ ਕੈਨ ਚੈੱਕ ਯੂਅਰ ਵੀਜ਼ਾ ਔਨ ਆਸਟ੍ਰੇਲੀਆ ਇਮੀਗ੍ਰੇਸ਼ਨ ਔਫੀਸ਼ੀਅਲ ਵੈਬਸਾਈਟ। ਠੀਕ ਹੈ ਜੀ। ਐਂਡ ਸੈਕਿੰਡ ਗੱਲ ਕਰਾਂਗੇ ਆਪਾਂ ਸਟੱਡੀ ਬਾਰੇ। ਦੂਸਰੀ ਚੀਜ਼ ਬਾਰੇ ਜਿਹੜੀ ਆਪਾਂ ਗੱਲ ਕਰਾਂਗੇ, ਜੇ ਤੁਸੀਂ ਸਟੂਡੈਂਟ ਆ ਜਾਂ ਸਟੱਡੀ ਵੀਜ਼ਾ 'ਤੇ ਆ ਰਹੇ ਹਾਂ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਉਹ ਆ ਕਿ ਜਿਹੜੀ ਯੂਨੀਵਰਸਿਟੀ ਜਾਂ ਕਾਲਜ 'ਚ ਤੁਸੀਂ ਐਡਮਿਸ਼ਨ ਲਈ ਆ, ਉਹਨਾਂ ਬਾਰੇ ਜ਼ਰੂਰ ਰਿਸਰਚ ਕਰੋ ਕਿ ਯੂਨੀਵਰਸਿਟੀ ਜਾਂ ਕਾਲਜ ਕਿੱਥੇ ਲੋਕੇਟਿਡ ਆ, ਕੀ ਰੈਪੂਟੇਸ਼ਨ ਆ, ਅਤੇ ਆਪਣੇ ਕੋਰਸ ਬਾਰੇ ਜ਼ਰੂਰ ਰਿਸਰਚ ਕਰੋ ਉਸ ਕੋਰਸ ਦਾ ਫਿਊਚਰ ਵਿੱਚ ਕੀ ਸਕੋਪ ਆ। ਕਿਉਂਕਿ ਪਿੱਛੇ ਜੇ ਆਪਣੇ 3-4 ਸਾਲ ਪਹਿਲਾਂ ਬਹੁਤ ਸਾਰੇ ਲੋਕ ਅਕਾਊਂਟਿੰਗ ਪਿੱਛੇ ਭੱਜੇ ਸੀਗੇ ਕਿ ਇਹ ਸੋਚ ਗਏ ਕਿ ਹਾਂ ਬਹੁਤ ਫਿਊਚਰ ਆ, ਅਤੇ ਉਹਦੇ ਲਈ ਹੁਣ ਰਿਕੁਆਇਰਮੈਂਟਸ 100 ਪੁਆਇੰਟਸ ਜਾਂ 100 ਪੁਆਇੰਟਸ ਦੀ ਆ ਉਹ ਕਵਰ ਨਹੀਂ ਹੁੰਦੀਆਂ। ਵੀ ਅਕਾਊਂਟਿੰਗ 'ਚ ਸਫਲ ਵੀ ਉਹੀ ਸਭ ਹੋ ਸਕਦਾ ਜਿਹਨੂੰ ਤਾਂ ਥੋੜ੍ਹੀ ਬਹੁਤੀ ਨੌਲੇਜ ਆ ਜਾਂ ਜਿਹਨੂੰ ਇੰਟਰਸਟ ਆ, ਜਿਨ੍ਹਾਂ ਨੇ ਰਾਹ ਲੱਭਣੇ ਅਕਾਊਂਟਿੰਗ ਵਿੱਚ ਉਹਨਾਂ ਨੇ ਲੱਭ ਲੈਣੇ ਆ। ਸੋ ਬਾਕੀਆਂ ਲਈ ਥੋੜ੍ਹਾ ਔਖਾ, ਸੋ ਮੇਕ ਸ਼ੋਰ ਤੁਸੀਂ ਆਪਣਾ ਜਿਹੜਾ ਕੋਰਸ ਲੈ ਰਹੇ ਆ ਤੁਸੀਂ ਇੱਦਾਂ ਦਾ ਕੋਰਸ ਲਓ ਐਟਲੀਸਟ ਉਹਦਾ ਫਿਊਚਰ 'ਚ ਕੋਈ ਸਕੋਪ ਹੋਵੇ, ਲੰਬੇ ਸਮੇਂ ਤੱਕ ਕੁਛ ਕੋਰਸ ਹੋਵੇ, ਐਟਲੀਸਟ 3-4 ਸਾਲ ਤੱਕ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਉਹ 'ਚ ਕੁਛ ਬਣ ਸਕਦਾ ਆ, ਅਤੇ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਓ। ਬਾਕੀ ਤੁਸੀਂ ਕੋਈ ਵੀ ਆਪਣੇ ਕਾਲਜ ਬਾਰੇ ਜਾਂ ਆਪਣੇ ਕੋਰਸ ਫੀਸ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਕਾਲਜ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹਾਂ ਕਿ ਕਾਲਜ ਦੀ ਤੁਹਾਡੇ ਕੋਰਸ ਦੀ ਕਿੰਨੀ ਫੀਸ ਆ ਅਤੇ ਕੀ ਡਿਊਰੇਸ਼ਨ ਆ ਅਤੇ ਕਿਦੋਂ ਕਦੋਂ ਤੁਹਾਡਾ ਕੋਰਸ ਇਨਟੇਕ ਸਟਾਰਟ ਹੋ ਰਿਹਾ। ਸੋ ਇਹ ਆਪਾਂ ਖਾਸ ਚੀਜ਼ਾਂ ਧਿਆਨ ਰੱਖ ਸਕਦੇ ਜਿਹੜੇ ਆਪਾਂ ਸਟੂਡੈਂਟ ਵੀਜ਼ੇ 'ਤੇ ਆਪਾਂ ਆਉਂਦੇ ਹਾਂ ਉਹਨਾਂ ਤੋਂ ਪਹਿਲਾਂ। ਹੁਣ ਗੱਲ ਕਰਾਂਗੇ ਆਪਾਂ ਅਕੋਮੋਡੇਸ਼ਨ ਦੀ। ਆਸਟ੍ਰੇਲੀਆ ਆਉਣ ਤੋਂ ਪਹਿਲਾਂ ਆਪਾਂ ਨੂੰ ਅਕੋਮੋਡੇਸ਼ਨ ਬਾਰੇ ਪਤਾ ਹੋਣਾ ਚਾਹੀਦਾ ਕਿ ਆਪਾਂ ਕਿੱਥੇ ਜਾ ਰਹੇ ਹਾਂ, ਕਿ ਆਪਣਾ ਅਕੋਮੋਡੇਸ਼ਨ ਦਾ ਕੀ ਪ੍ਰਬੰਧ ਆ। ਅੱਜ ਦੇ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਅਕੋਮੋਡੇਸ਼ਨ ਦਾ ਥੋੜ੍ਹਾ ਔਖਾ ਹੋਇਆ ਪਿਆ, ਰੈਂਟਲ ਕ੍ਰਾਈਸਿਸ ਬਹੁਤ ਜ਼ਿਆਦਾ ਐਕਸਪੈਂਸਿਵ ਹੋਏ ਪਿਆ। ਸੋ ਬੈਟਰ ਜਦੋਂ ਤੁਸੀਂ ਆਉਂਦੇ ਆ ਉਸ ਬਾਰੇ ਥੋੜ੍ਹਾ ਪ੍ਰੋਪਰ ਦੇਖ ਕੇ ਆਓ ਕਿ ਬਹੁਤ ਸਾਰੀਆਂ ਵੈਬਸਾਈਟਸ ਆ, ਰੀਅਲ ਸਟੇਟ ਵੈਬਸਾਈਟਸ ਆ ਐਂਡ ਫੇਸਬੁੱਕ ਗਰੁੱਪ ਆ, ਤੁਸੀਂ ਉਹਦੇ ਵਿੱਚ ਜਾ ਕੇ ਆਪਣਾ ਬਜਟ ਦੇ ਹਿਸਾਬ ਨਾਲ ਆਪਣਾ ਰੂਮ ਲੱਭ ਸਕਦੇ ਆ ਜਾਂ ਕੋਈ ਅਪਾਰਟਮੈਂਟ ਦੇਖ ਸਕਦੇ, ਜਿੱਦਾਂ ਵੀ ਤੁਹਾਡਾ ਬਜਟ ਹੋਵੇ ਉਸ ਹਿਸਾਬ ਨਾਲ ਦੇਖ ਸਕਦੇ ਆ। ਵੈਸੇ ਜੇ ਤੁਸੀਂ ਯੂਨੀਵਰਸਿਟੀ ਜਾਂ ਕਾਲਜ ਦੇ ਥਰੂ ਆਉਂਦੇ ਆ, ਕੁਛ ਯੂਨੀਵਰਸਿਟੀ ਇੱਦਾਂ ਵੀ ਆ ਕਿ ਹੋਸਟਲਸ ਵਗੈਰਾ ਵੀ ਪ੍ਰੋਵਾਈਡ ਕਰਦੇ ਆ ਤੁਹਾਡੇ ਬਜਟ ਦੇ ਹਿਸਾਬ ਨਾਲ, ਸੋ ਤੁਸੀਂ ਜੇ ਕੋਈ ਹੋਰ ਆਪਸ਼ਨ ਹੈ ਨਹੀਂ ਤੁਹਾਡੇ ਤੋਂ, ਤੁਸੀਂ ਯੂ ਕੈਨ ਆਲਵੇਜ਼ ਚੂਜ਼ ਦੈਟ ਆਪਸ਼ਨ, ਦੇ ਵਿਲ ਹੈਲਪ ਯੂ ਆਊਟ। ਅਤੇ ਯਾ ਇਹ ਸੀਗਾ ਅਕੋਮੋਡੇਸ਼ਨ, ਬਟ ਮੇਕ ਸ਼ੋਰ ਕਿ ਤੁਸੀਂ ਆਉਣ ਤੋਂ ਪਹਿਲਾਂ ਆਪਣਾ ਅਕੋਮੋਡੇਸ਼ਨ ਦਾ ਜ਼ਰੂਰ ਪ੍ਰਬੰਧ ਕਰੋ, ਆਪਣਾ ਅਕੋਮੋਡੇਸ਼ਨ ਜ਼ਰੂਰ ਬੁੱਕ ਕਰੋ, ਸੋ ਜਦੋਂ ਤੁਸੀਂ ਅਰਾਈਵ ਹੁੰਦੇ ਹੋ ਆਸਟ੍ਰੇਲੀਆ 'ਚ ਤੁਹਾਨੂੰ ਕੋਈ ਟੈਨਸ਼ਨ ਨਾ ਹੋਵੇ ਅਕੋਮੋਡੇਸ਼ਨ ਦੀ। ਲਾਸਟ ਆਪਾਂ ਗੱਲ ਕਰਾਂਗੇ ਇਹ ਫਾਈਨਾਂਸ਼ੀਅਲ ਖਰਚੇ ਪਾਣੀ ਦੀ। ਤਾਂ ਆਸਟ੍ਰੇਲੀਆ ਜਦੋਂ ਆਪਾਂ ਆਉਂਦੇ ਹਾਂ ਕਿ ਆਪਾਂ ਆਪਣੇ ਕੋਲ ਥੋੜ੍ਹਾ ਬਹੁਤਾ ਖਰਚਾ ਪਾਣੀ ਇੰਨਾ ਕੁ ਨਾਲ ਰੱਖ ਕੇ ਕਿ ਆਪਣਾ 1-2 ਮਹੀਨੇ ਆਪਾਂ ਈਜ਼ਲੀ ਆਪਾਂ ਸਰਵਾਈਵ ਕਰ ਸਕੀਏ। ਬਿਕੋਜ਼ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਜਾਂਦੇ ਹੀ ਜੋਬ ਦਾ ਨਹੀਂ ਮਿਲ ਪਾਉਂਦੀ ਜਾਂ ਨਾ ਕਈ ਵਾਰ ਕੁਛ ਵੀ ਇਸ਼ੂਸ ਹੋ ਜਾਂਦੇ ਆ, ਰੈਂਟ ਆਪਾਂ ਨੂੰ ਰੂਮ ਨਹੀਂ ਮਿਲਦਾ ਤੇ ਕੁਛ ਵੀ ਆਪਾਂ ਨੂੰ ਪੇ ਕਰਨਾ ਪੈਂਦਾ ਨਾ। ਯਾ ਜਿੱਦਾਂ ਤੁਸੀਂ ਕਿਹਾ ਕਿ ਇਸ ਟਾਈਮ ਬੇਸਿਕਲੀ ਆਸਟ੍ਰੇਲੀਆ ਵਿੱਚ ਰੈਂਟਲ ਕ੍ਰਾਈਸਿਸ ਜਾਂ ਵਰਕ ਕ੍ਰਾਈਸਿਸ ਵੀ ਚੱਲ ਰਹੇ ਆ, ਕੰਮ ਤੇ ਘਰ ਮਿਲਣਾ ਥੋੜਾ ਔਖਾ ਹੋਇਆ ਪਿਆ ਕੁਛ ਜਗ੍ਹਾ ਤੇ, ਪਲੱਸ ਉਸ ਹਿਸਾਬ ਨਾਲ ਤੁਸੀਂ ਆਪਣਾ ਫਾਈਨੈਂਸ਼ੀਅਲ ਮੇਕ ਸ਼ੋਰ ਕਰਿਓ ਕਿ ਐਟਲੀਸਟ ਤੁਸੀਂ 1-2 ਮਹੀਨੇ ਦਾ ਆਪਣਾ ਖਰਚਾ ਪਾਣੀ ਨਾਲ ਲੈ ਕੇ ਆਓ, ਅਤੇ ਜੋ ਕਿ ਤੁਹਾਨੂੰ ਜੇ ਤੁਸੀਂ ਕੰਮ ਤੁਹਾਨੂੰ ਲੇਟ ਵੀ ਮਿਲਦਾ ਹੈ ਨਹੀਂ ਵੀ ਮਿਲ ਰਿਹਾ ਸਟਾਰਟਿੰਗ 'ਚ, ਤਾਂ ਤੁਸੀਂ ਆਪਣਾ ਖਰਚਾ ਪਾਣੀ ਤੋਰ ਸਕਦੇ ਆ। ਤੁਸੀਂ ਆਉਣ ਤੋਂ ਪਹਿਲਾਂ ਹੀ ਜੋਬਸ ਦਾ ਵੀ ਅਪਲਾਈ ਕਰ ਸਕਦੇ ਆ, ਫੇਸਬੁੱਕ ਗਰੁੱਪ ਬਣੇ ਪਏ ਆ ਇੰਡੀਅਨਸ ਇਨ ਸਿਡਨੀ ਜਾਂ ਜੇ ਤੁਸੀਂ ਮੈਲਬਰਨ ਸਾਈਡ ਆ ਇੰਡੀਅਨਸ ਇਨ ਮੈਲਬਰਨ, ਇੱਦਾਂ ਕਰਕੇ ਕੁਛ ਗਰੁੱਪਸ ਬਣੇ ਪਏ ਆ, ਤੁਸੀਂ ਸਰਚ ਕਰ ਸਕਦੇ ਆ, ਕਿਸੇ ਨੂੰ ਅਪਰੋਚ ਕਰ ਸਕਦੇ ਆ, ਅਤੇ ਜੇ ਤੁਸੀਂ ਉਹ ਗਰੁੱਪਸ ਜੁਆਇਨ ਕਰ ਸਕਦੇ ਹੋ ਉੱਤੇ ਕਾਫੀ ਲੋਕ ਕੰਮ ਬਾਰੇ ਜਾਂ ਕੋਈ ਹੋਰ ਜਾਣਕਾਰੀ ਬਾਰੇ ਪੋਸਟ ਕਰਦੇ ਹੀ ਰਹਿੰਦੇ ਆ, ਕਿਸੇ ਨੂੰ ਅਪਰੋਚ ਕਰ ਦਿਓ ਉਹਨਾਂ ਗਰੁੱਪਾਂ 'ਤੇ, ਪਲੱਸ ਵੈਬਸਾਈਟ ਬਣੀਆਂ ਹੋਈਆਂ ਤੁਸੀਂ ਜਿੱਦਾਂ ਵੈਬਸਾਈਟ, ਤੁਸੀਂ ਬਹੁਤ ਸਾਰੇ ਵੈਬਸਾਈਟ ਬਣੀਆਂ ਪਈਆਂ, ਜੋਬ ਸੀਕਰ ਹੋ ਗਈ, ਸੀਕ ਹੋ ਗਈ, ਉਹਦੇ ਵਿੱਚ ਤੁਸੀਂ ਆਪਣਾ ਰਿਜ਼ਿਊਮੇ ਪਾ ਸਕਦੇ ਆ ਕਿ ਹਾਂ ਮੇਰੇ ਤੋਂ ਆਹ ਵਰਕ ਐਕਸਪੀਰੀਅੰਸ ਆ,
ਸੋ ਉਹ ਤਾਂ ਉਹ ਸਭ ਨਾਲ ਤੁਹਾਨੂੰ ਜੋਬਸ ਦਿਖਣ ਲੱਗ ਪਊਗੀਆਂ, ਤੁਸੀਂ ਅਪਲਾਈ ਕਰ ਸਕਦੇ ਆ, ਇਟਸ ਗੁੱਡ ਫਾਰ ਯੂ। ਜਿੱਦਾਂ ਕਿ ਤੁਸੀਂ ਅਪਲਾਈ ਕਰ ਚੀਜ਼ਾਂ ਤੁਸੀਂ ਐਟਲੀਸਟ ਪਹਿਲੇ ਹੀ ਥੋੜਾ ਐਕਸਪਲੋਰ ਕੀਤਾ ਹੋਊਗਾ ਤਾਂ ਤੁਹਾਨੂੰ ਥੋੜਾ ਇੱਥੇ ਆ ਕੇ ਈਜ਼ੀ ਹੋਊਗਾ। ਜੇ ਸੋਸ਼ਲ ਮੀਡੀਆ ਤੇ ਕਿਸੇ ਨਾਲ ਕਨੈਕਟਡ ਆ, ਤੁਹਾਡਾ ਕੋਈ ਜਾਣਕਾਰ ਬੰਦਾ ਆ ਜਾਂ ਕੋਈ ਤੁਹਾਡੇ ਨੋਨ ਵਿੱਚ ਹੈਗਾ, ਤੁਸੀਂ ਉਹਨੂੰ ਅਪਰੋਚ ਕਰ ਸਕਦੇ ਆ। ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਤੇ ਇਹ ਆਉਣ ਤੋਂ ਪਹਿਲਾਂ ਕਰਨੀਆਂ ਬਹੁਤ ਜ਼ਰੂਰੀ ਆ ਮੇਰੇ ਹਿਸਾਬ ਨਾਲ। ਬਹੁਤ ਹੈਲਪਫੁਲ ਵੀ ਹੋ ਗਿਆ ਤੁਹਾਨੂੰ ਇੱਥੇ ਆ ਕੇ। ਪਲੱਸ ਜਿਹੜੀ ਮੈਂ ਇੱਕ ਚੀਜ਼ ਰੈਕਮੈਂਡ ਕਰੂੰਗੀ ਸਾਰਿਆਂ ਨੂੰ ਕਿ ਐਟਲੀਸਟ ਜੋ ਤੁਸੀਂ ਆਉਂਦੇ ਆਪਣਾ 6 ਮਹੀਨੇ ਤੋਂ 1 ਸਾਲ ਦਾ ਪਲੈਨ ਜ਼ਰੂਰ ਕਰਕੇ ਆਓ, ਚਾਹੇ ਉਹ ਫਾਈਨੈਂਸ਼ਲੀ ਹੋ ਗਿਆ, ਚਾਹੇ ਮੈਂਟਲੀ ਹੋ ਗਿਆ, ਚਾਹੇ ਸਟੱਡੀ ਹੋ ਗਿਆ, ਕੁਛ ਵੀ। ਜਿੱਦਾਂ ਕਹਿ ਲਓ ਅਸੀਂ ਆਪਾਂ ਨਵੇਂ ਸ਼ਹਿਰ ਜਾਂਦੇ ਹਾਂ, ਆਪਾਂ ਐਟਲੀਸਟ ਪਲੈਨ ਕਰਕੇ ਨਿਕਲਦੇ ਨਾ ਕਿ ਕਿੱਥੇ ਰੁਕਣਾ, ਕੀ ਕਰਨਾ ਮੈਂ, ਕਿੱਥੇ ਕਿੱਥੇ ਘੁੰਮਣਾ। ਘੁੰਮਣ ਵੀ ਜਾਂਦੇ ਤੁਸੀਂ, ਆਪਾਂ ਪਲੈਨ ਕਰਦੇ ਕਿ ਕਿੱਥੇ ਘੁੰਮਣਾ, ਕੀ ਖਾਣਾ ਪੀਣਾ, ਕਿੰਨੇ ਟਾਈਮ ਲਈ ਰਹਿਣਾ, ਆਪਾਂ ਪਲੈਨ ਕਰਕੇ ਨਿਕਲਦੇ। ਤੇ ਆਪਾਂ ਤਾਂ ਫਿਰ ਵੀ ਇੱਕ ਨਵੀਂ ਕੰਟਰੀ 'ਚ ਜਾ ਰਹੇ ਹਾਂ, ਸਰ ਤੁਸੀਂ ਮੇਕ ਸ਼ੋਰ ਆਪਣਾ ਇੱਕ ਲੰਬਾ ਸੋਚੋ। ਅੱਜ ਕੱਲ੍ਹ ਤਾਂ ਸਾਰੀ ਇਨਫੋਰਮੇਸ਼ਨ ਔਨਲਾਈਨ ਮਿਲ ਜਾਂਦੀ ਆ, ਕੁਛ ਕੋਈ ਨਾ ਕੋਈ ਬੰਦਾ ਤੁਹਾਡੇ ਕੰਟੈਕਟ 'ਚ ਹੋਊਗਾ ਜਿਹੜਾ ਉਸ ਕੰਟਰੀ ਦਾ ਆ ਜਾਂ ਉਸ ਇਲਾਕੇ ਦਾ ਆ ਤੁਹਾਨੂੰ ਜਾਣਦਾ ਪਛਾਣ, ਤੁਸੀਂ ਉਹਨੂੰ ਅਪਰੋਚ ਕਰੋ, ਉਹ ਤੋਂ ਪੁੱਛੋ। ਸੋ ਉਹੀ ਹੈ ਕਿ ਆਪਣਾ 6 ਮਹੀਨੇ ਸਾਲ ਦਾ ਪਲੈਨ ਲੈ ਕੇ ਹੀ ਤੁਰਿਓ ਇੰਡੀਆ ਤੋਂ, ਬਹੁਤ ਜ਼ਰੂਰੀ ਆ, ਬਹੁਤ ਹੈਲਪਫੁਲ ਆ। ਸਾਰਿਆਂ ਨੂੰ ਕਹੂੰਗੀ, ਸਪੈਸ਼ਲੀ ਜਿਹੜੇ ਨਵੇਂ, ਸਪੈਸ਼ਲੀ ਜਿਹੜੇ ਆਪਣੇ ਬੱਚੇ ਸਟੱਡੀ ਲਈ ਆਉਂਦੇ ਆ, ਇੱਕ ਪੂਰਾ ਇੱਕ ਆਪਣਾ ਗੋਲ ਲੈ ਕੇ ਚਲੋ ਕਿ ਤੁਸੀਂ ਸਾਲ 'ਚ ਕੀ ਕਰਨਾ ਆ। ਸਟੱਡੀ ਦੇ ਨਾਲ ਨਾਲ ਤੁਸੀਂ ਕੰਮ ਜੀ ਜੇ ਕਰ ਰਹੇ ਹਾਂ ਤਾਂ ਕਿੱਦਾਂ ਕਿੱਦਾਂ ਤੁਸੀਂ ਮੈਨੇਜ ਕਰਨਾ ਆ ਅਤੇ ਕਿੱਦਾਂ ਕਿੱਦਾਂ ਚੱਲਣਾ ਆ, ਜਿਹੜੇ ਤੁਹਾਡੇ ਦੋਨੇ ਚੀਜ਼ਾਂ ਮੈਨੇਜ ਹੋ ਸਕਣ। ਇਹ ਚੀਜ਼ਾਂ ਨੂੰ ਜੇ ਤੁਸੀਂ ਆਪਣੇ ਛੋਟੇ ਛੋਟੇ ਗੋਲਸ ਦੇ ਵਿੱਚ ਜਾਂ ਪਲੈਨ ਬਣਾ ਕੇ ਤੁਰੋਗੇ, ਤੁਹਾਨੂੰ ਬਹੁਤ ਹੈਲਪਫੁਲ ਹੋਊਗਾ ਬਹੁਤ, ਕਿਉਂਕਿ ਨਵੀਂ ਕੰਟਰੀ ਆ, ਆਫਕੋਰਸ ਚੈਲੇਂਜਸ ਹੁੰਦੇ ਆ, ਬਟ ਇੱਕ ਤਰੀਕੇ ਦੇ ਨਾਲ ਚੱਲੋਗੇ, ਥੋੜ੍ਹਾ ਪਲੈਨ ਦੇ ਨਾਲ ਚੱਲੋਗੇ, ਤੁਸੀਂ ਉਹ ਚੈਲੇਂਜ ਨੂੰ ਛੇਤੀ ਓਵਰਕਮ ਕਰ ਸਕਦੇ ਆ। ਚੈਲੇਂਜਸ ਹੁੰਦੇ ਆ ਸਾਰੇ ਦੇ ਲਾਈਫ 'ਚ, ਸਾਡੇ ਵੀ ਹੁਣ ਵੀ ਆਪਾਂ ਐਵਰੀਡੇ ਚੈਲੇਂਜਸ ਫੇਸ ਕਰਦੇ ਹਾਂ, ਦੈਟ ਇਜ਼ ਕੰਪਲੀਟਲੀ ਨੋਰਮਲ। ਬਟ ਆ ਇੱਕ ਪਲੈਨ ਲੈ ਕੇ ਚੱਲਣਾ, ਆਈ ਥਿੰਕ ਤੁਹਾਡੇ ਲਈ ਬਹੁਤ ਵਧੀਆ ਪੋਜ਼ਿਟਿਵ ਅਪਰੋਚ ਹੋਊਗੀ ਆਉਣ ਤੋਂ ਪਹਿਲਾਂ ਨਵੀਂ ਕੰਟਰੀ 'ਚ। ਆਹੀ ਕੁਛ 3-4 ਪੁਆਇੰਟ ਸੀਗੇ ਜਿਹੜੇ ਮੇਨ ਸੀਗੇ, ਜਿਹੜੇ ਤੁਹਾਨੂੰ ਆਉਣ ਤੋਂ ਪਹਿਲਾਂ ਖਿਆਲ ਰੱਖਣੇ ਬਹੁਤ ਜ਼ਰੂਰੀ ਆ, ਬਹੁਤ ਇੰਪੋਰਟੈਂਟ ਆ, ਮੇਨ ਆ। ਅਤੇ ਉਮੀਦ ਕਰਦੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਅਤੇ ਜੇ ਇਨਫੋਰਮੇਟਿਵ ਲੱਗੀ ਹੋਊਗੀ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਬਾਕੀ ਜੋ ਵੀ ਤੁਹਾਡੇ ਕੋਈ ਕੁਸ਼ਚਨ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨਸ਼ਨ ਕਰ ਦਿਉ, ਆਪਾਂ ਟਰਾਈ ਕਰਾਂਗੇ ਉਹਨਾਂ ਦੇ ਆਨਸਰ ਕਰੀਏ। ਬਾਕੀ ਜਿਹੜੇ ਵੀ ਜ਼ਰੂਰੀ ਲਿੰਕ ਆ ਉਹ ਆਪਾਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਮੈਨਸ਼ਨ ਕਰ ਦਾਂਗੇ, ਜਿਹੜੇ ਤੁਹਾਡੇ ਅੱਗੇ ਹੈਲਪਫੁਲ ਹੋਊਗੇ ਆਪਣੇ ਜੋਬ ਲੱਭਣ ਲਈ ਜਾਂ ਕੋਈ ਤੁਸੀਂ ਰੂਮ ਲੱਭਣਾ ਉਹ ਲਈ ਹੈਲਪਫੁਲ ਹੋਊਗੇ, ਉਹ ਆਪਾਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਮੈਨਸ਼ਨ ਕਰ ਦਾਂਗੇ, ਤੁਸੀਂ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹਾਂ। ਸੋ ਦੈਟਸ ਇਟ ਫੋਰ ਦਿਸ ਵੀਡੀਓ, ਹੋਰ ਇਦਾਂ ਦੀ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ ਜੀ।